ਮੈਂ ਡਬਲ ਐਮਏ 골ਡ ਮੈਡਲਿਸਟ ਆ ਤੇ ਜਿਹੜਾ ਬਦਲਾ ਦੀ ਗੱਲ ਕਰਦਾ ਉਹ 12ਵੀਂ ਫੇਲ ਬੰਦਾ ਹੈ ਉਹ ਮੇਰਾ ਬਦਲਾ ਕੀ ਲਿਆਊਗਾ ਮੈਂ ਤਾਂ ਇੱਕ ਕਟੋਕੜ 7 ਵਾਰ ਇਲੈਕਸ਼ਨ ਹਰਿਆ 8ਵੀਂ ਵਾਰੀ ਚੱਦਿਆ 12ਵੀਂ ਫੇਲ ਕੌਣ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੀ ਆਮਾਦੀ ਪਾਰਟੀ ਨਾ ਰੋਲੇ ਰੱਪੇ ਤੇ ਮਨਸਰ ਕਰਦੀ ਹੈ ਵੀ ਆਈਟੀ ਸੈਲ ਜਿਹੜੇ ਬਣਾਏ ਨੇ ਸੋਸ਼ਲ ਮੀਡੀਆ ਤੇ ਆ ਵੀ ਰੋਲਾ ਭਾਈ ਜਾਂਦੇ ਨੇ ਪਿੰਡਾਂ ਦੀਆਂ ਰੂੜੀਆਂ ਤੇ ਵਿੱਚ ਝੰਡੀਆਂ ਲਾਈ ਜਾਂਦੇ ਆ ਪਾਠੀਆਂ ਝੰਡੀਆਂ ਲਾਈ ਜਾਂਦੇ ਰਾਤ ਨੂੰ ਲੋਕਾਂ ਦੇ ਸੁੱਤੇ ਪਿਆ ਲੋਕਾਂ ਦੇ ਬਨੇਰਿਆਂ ਤੇ ਝੰਡੀਆਂ ਲਾਈ ਜਾਂਦੇ ਨੇ ਉਹ ਉਠਾਣੀ ਪੈਂਦੀਆਂ ਮੈਨੂੰ ਇਹ ਕਹਿ ਕੇ ਇੱਕ ਬੰਦੇ ਨੇ ਭੇਜਿਆ ਕਿ ਭਾਈ ਇਹ ਅਕਾਲੀ ਦਲ ਦਾ ਸਰਵੇ ਆ ਉਹ 75 ਤੋਂ 80 ਸੀਟਾਂ ਕਹਿ ਰਹੇ ਆ ਉਹਦੇ ਵਿੱਚ ਕਿ ਅਕਾਲੀ ਦਲ ਨੂੰ ਆ ਅਕਾਲੀ ਦਲ ਨੇ ਆ ਵੀ ਸਰਵੇ ਕਰਵਾਇਆ ਤੇ ਆ ਵੀ 75 ਸੀਟਾਂ ਦੱਸ ਹੀ ਦਿੱਤੀਆਂ ਤੇ ਖੈਰ ਰਿਜ਼ਲਟ ਤੋਂ ਪਹਿਲਾਂ ਪਹਿਲਾਂ ਖੁਸ਼ੇ ਰਹਿਣਾ ਤੇ ਚੰਗੀ ਗੱਲ ਤੇ ਲੋਕਾਂ ਦਾ ਬਹੁਤ ਵੱਡਾ ਚਾਅ ਲੋਕ ਚੰਨੀ ਨੂੰ ਵੇਖਣਾ ਚਾਹੁੰਦੇ ਕੱਲ 8 ਘੰਟੇ ਲੇਟ ਚੰਨੀ ਸਾਹਿਬ ਸਾਡੇ ਇੱਥੇ ਪਹੁੰਚੇ ਪਰ ਲੋਕਾਂ ਦਾ ਲੋਕਾਂ ਦਾ ਉਤਸ਼ਾਹ ਔਰ ਜੋਸ਼ 1% ਵੀ ਮਠਾਣੀ ਪਿਆ ਲੋਕ ਟੀਕਾ ਮਾਰਦੇ ਸ਼ਾਲਾ ਮਾਰਦੇ ਚੰਨੀ ਦੇ ਨਾਂ ਤੇ ਜਦੋਂ ਚੰਨੀ ਸਾਹਿਬ 10 ਮਿੰਟ ਬਾਅਦ ਇੱਥੇ ਆਏ ਆ ਜਿਹੜੀ ਅੰਮ੍ਰਿਤਸਰ ਵਾਲੀ ਸੀਟ ਹੈ ਨਵਜੋਤ ਸਿੰਘ ਸਿੱਧੂ ਵਰਸਸ ਵਿਕਰਮ ਜੀਟੀਆਈ ਦੇਖੋ ਨਵਜੋਤ ਸਿੰਘ ਸਿੱਧੂ ਬੜੇ ਵੱਡੇ ਫਰਕ ਨਾਲ ਜਿੱਤ ਰਹੇ ਇਹ ਤਾਂ ਗੱਲ ਫੈਕਟ ਹੈ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਵੋਟਾਂ ਪੈਣ ਵਾਲੀਆਂ ਪੰਜਾਬ ਦਾ ਫੈਸਲਾ ਹੋਣ ਵਾਲਾ ਤੇ ਮੇਰੇ ਨਾਲ ਇਸ ਸਮੇਂ ਗੱਲਬਾਤ ਕਰਨ ਦੇ ਲਈ ਹਰਮਿੰਦਰ ਸਿੰਘ ਅਗੇਲ ਨੇ ਜੋ ਕਿ ਵਿਧਾਇਕ ਨੇ ਪੱਟੀ ਹਲਕੇ ਤੋਂ ਪੱਟੀ ਹਲਕੇ ਤੇ ਵੀ ਨਜ਼ਰਾਂ ਸਾਰਿਆਂ ਦੀਆਂ ਕਿਉਂਕਿ ਇੱਥੇ ਵੀ ਜਿਹੜੀ ਟੱਕਰ ਹੈ ਇੱਕ ਮੌਜੂਦਾ ਵਿਧਾਇਕ ਨੇ ਹਰਮਿੰਦਰ ਸਿੰਘ ਗਿੱਲ ਤੇ ਦੂਸਰੇ ਪਾਸੇ ਨੇ ਉਸ ਕਹਿਰੋ ਪਰਿਵਾਰ ਜੋ ਪਹਿਲਾਂ ਕਾਂਗਰਸ ਦੇ ਵਿੱਚ ਤੇ ਬਾਦ ਦੇ ਵਿੱਚ ਅ ਅਕਾਲੀ ਦਲ ਦੇ ਕਾਫੀ ਵੱਡੇ ਅਹੁਦਿਆਂ ਤੇ ਰਹਿੰਦਾ ਉਸ ਪਰਿਵਾਰ ਦੀ ਟੱਕਰ ਹੈ ਬਹੁਤ ਬਹੁਤ ਸ਼ੁਕਰੀਆ ਭਾਈ ਜਸਮਨ ਜੀ ਧੰਨ ਧੰਨਵਾਦ ਜੀ ਧੰਨ ਕਿਵੇਂ ਟੱਕਰ ਕਿੱਥੇ ਖੜੀ ਆ ਹੁਣ ਦੇਖੋ ਹਰ ਇਲੈਕਸ਼ਨ ਦੇ ਵਿੱਚ ਟੱਕਰ ਤਾਂ ਕਿਸੇ ਨਾ ਕਿਸੇ ਨਾਲ ਹੁੰਦੀ ਆ ਇਹ ਮਤਲਬ ਕਿ ਵਨ ਸਾਈਡਰ ਤੇ ਕਦੇ ਇਲੈਕਸ਼ਨ ਹੁੰਦੀ ਨਹੀਂ ਹਰ ਪਾਰਟੀ ਨੇ ਆਪੋ ਆਪਣਾ ਏਜੰਡਾ ਆਪੋ ਆਪਣਾ ਪ੍ਰੋਗਰਾਮ ਲੈ ਕੇ ਜਾਣਾ ਹੈ ਲੋਕਾਂ ਨੇ ਤੈਅ ਕਰਨਾ ਹੈ ਲੋਕ ਹੁਣ ਡਿਸਿਜ਼ਿਵ ਮੋਡ ਦੇ ਵਿੱਚ ਨੇ ਕਿ ਸਾਨੂੰ ਸਾਡੇ ਵਾਸਤੇ ਬਿਹਤਰ ਕੌਣ ਹੈ ਹੈ ਜੀ ਸਾਡੇ ਕੰਮ ਕੀਨੇ ਕੀਤਾ ਅਫਟਰ ਸਾਡਾ ਐਮ ਐਲ ਏ ਕੌਣ ਚਾਹੀਦਾ ਹੈ ਲੋਕਾਂ ਨੇ ਪਿਛਲੇ ਕੰਮਾਂ ਦਾ ਵੀ ਧਿਆਨ ਦੇਣਾ ਤੇ ਅਗਲੀ ਵੀ ਜਿਹੜੇ ਤੁਹਾਡੇ ਵਿਸ਼ਵਾਸ ਵਿਸ਼ਵਾਸਨ ਦਿੰਦੇ ਹੋ ਅਸ਼ਵਾਸਨ ਦਿੰਦੇ ਉਹਦਾ ਵੀ ਧਿਆਨ ਰੱਖਣਾ ਇਸ ਕਰਕੇ ਲੋਕ ਫੈਸਲਾ ਕਰਨ ਵਾਲੇ ਨੇ ਲੋਕ ਬੜੀ ਗੰਭੀਰਤਾ ਨਾਲ ਸੋਚ ਰਹੇ ਆ ਕਿ ਸਾਨੂੰ ਕੀ ਕਰਨਾ ਜੀ ਇਹਦਾ ਮੇਰੇ ਖਿਆਲ ਬਹੁਤ ਅੱਛਾ ਫੈਸਲਾ ਲੈਣਗੇ ਉਦਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਭਾਈ ਇਹ ਤਾਂ ਮੇਰੇ ਹੱਕ ਚ ਜਾ ਸਕਦੀਆਂ ਮੈਂ ਆ ਚੀਜ਼ਾਂ ਕਰੀਆਂ ਦੇਖੋ ਜਿਹੜੀ ਅਸੀਂ ਲਾ ਮਿਸਾਲ ਡਿਵੈਲਪਮੈਂਟ ਕੀਤੀ ਹੈ ਨਾ ਉਹ ਮੇਰੇ ਹੱਕ ਚ ਜਾ ਰਹੀ ਹੈ ਮੈਂ 5 ਸਾਲ ਇੱਥੇ ਹਾਜ਼ਰ ਹਾਂ 5 ਸਾਲ ਮੈਂ ਇੱਥੇ ਇੱਕ ਦਿਨ ਵੀ ਗਿਆ ਰਹਾ ਹਾਜ਼ਰ ਨਹੀਂ ਹੋਇਆ ਦੱਬ ਕੇ ਡਿਵੈਲਪਮੈਂਟ ਕੀਤੀ ਹੈ ਔਰ ਇਮਾਨਦਾਰੀ ਨਾਲ ਕੀਤੀ ਹੈ ਔਰ 1 ਰੁਪਈਏ ਦੀ ਵੀ ਹੇਰਾ ਫੇਰੀ ਨਹੀਂ ਹੋਣ ਦਿੱਤੀ ਮੈਂ ਕੋਈ ਆਪਣੀ 5 ਸਾਲਾਂ ਦੀ ਪ੍ਰਾਪਰਟੀ ਨਹੀਂ ਬਣਾਈ ਔਰ ਮੈਂ ਦੱਬ ਕੇ ਵਿਧਾਨ ਸਭਾ ਦੇ ਵਿੱਚ ਆਪਣੇ ਹਲਕੇ ਦੇ ਮਸਲਿਆਂ ਦੀ ਤੇ ਔਰ ਪੰਜਾਬ ਦੇ ਮਸਲਿਆਂ ਦੀ ਚਰਚਾ ਕਰਦਾ ਰਿਹਾ ਹੈ ਔਰ ਲੋਕਾਂ ਨੂੰ ਬੜੀ ਦੇਰ ਬਾਅਦ ਇਸ ਹਲਕੇ ਦੇ ਵਿੱਚ ਕੋ ਕੰਮ ਕਰਨ ਵਾਲਾ ਬੰਦਾ ਲੱਭਿਆ ਔਰ ਮੈਨੂੰ ਆਸ ਹੈ ਕਿ ਜਿਹੜੇ ਆਦੇਸ਼ ਪ੍ਰਤਾਵ ਵੱਲੋਂ 20 ਸਾਲਾਂ ਵਿੱਚ ਕੀਤੇ ਕੰਮ ਕਿਉਂਕਿ ਚਾਰ ਵਾਰੀ ਉਹ ਐਮਐਲਏ ਰਿਹਾ ਹੈ 20 ਸਾਲਾਂ ਚ ਕੀਤੇ ਕੰਮਾਂ ਨਾਲੋਂ ਮੇਰੇ 5 ਸਾਲ ਦੇ ਕੰਮ ਭਾਰੂ ਨੇ ਔਰ ਮੈਨੂੰ ਆਸ ਹੈ ਕਿ ਲੋਕ ਡਟ ਕੇ ਮਤ ਕਰਨਗੇ ਅਕਾਲੀ ਦਲ ਦਾ ਇੱਕ ਸਰਵੇ ਹੈ ਜਿਹੜਾ ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਸੱਚੀ ਕਰਵਾਇਆ ਪਰ ਮੈਨੂੰ ਇਹ ਕਹਿ ਕੇ ਇੱਕ ਬੰਦੇ ਨੇ ਭੇਜਿਆ ਕਿ ਭਾਈ ਇਹ ਅਕਾਲੀ ਦਲ ਦਾ ਸਰਵੇ ਆ ਉਹ 75 ਤੋਂ 80 ਸੀਟਾਂ ਕਹਿ ਰਹੇ ਆ ਉਹਦੇ ਵਿੱਚ ਕਿ ਅਕਾਲੀ ਦਲ ਨੂੰ ਆ ਰਹੀਆਂ ਭਾਈ ਜੀ ਇਹ ਦੋ ਵੱਡਾ ਮਜ਼ਾਕ ਕੋਈ ਹੋ ਸਕਦਾ ਮਜ਼ਾਕ ਤਾਂ ਨਾ ਕਰੋ ਘਟੂ ਘਟ ਵੀ ਦੇਖੋ ਤੁਸੀਂ ਕਿਸੇ ਵੀ ਅਣਜਾਣ ਤੋਂ ਅਣਜਾਣ ਬੰਦੇ ਨੂੰ ਪੁੱਛ ਲਓ ਇਹ ਆਪਣੇ ਵੇਖੋ ਕਈ ਵਾਰੀ ਜਿਵੇਂ ਆਪਾਂ ਅਖਬਾਰਾਂ 'ਚ ਸਬਲੀਮੈਂਟ ਲਵਾਉਂਦੇ ਆ ਨਾ ਆਪਣੇ ਪੈਸਿਆਂ ਦਾ ਸਬਲੀਮੈਂਟ ਹੁੰਦਾ ਹੈ ਤੇ ਫਿਰ ਆਪ ਹੀ ਬੰਦਾ ਪੜ ਕੇ ਖੁਸ਼ ਹੁੰਦਾ ਦੂਸਰਾ ਕੋ ਸਬਲੀ ਬੰਦ ਨੂੰ ਵੇਖਦਾ ਨਹੀਂਗਾ ਅਕਾਲੀ ਦਲ ਨੇ ਆਪ ਹੀ ਸਰਵੇ ਕਰਵਾਇਆ ਤੇ ਆਪ ਹੀ 75 ਸੀਟਾਂ ਦਸੀ ਦੇਤੀਆਂ ਤੇ ਖੈਰ ਰਿਜ਼ਲਟ ਤੋਂ ਪਹਿਲਾਂ ਪਹਿਲਾਂ ਖੁਸ਼ੇ ਰਹਿਣਾ ਤੇ ਚੰਗੀ ਗੱਲ ਆ ਬਹੁਤ ਚੰਗੀ ਗੱਲ ਵਸੇ ਇੱਥੇ ਟੱਕਰ ਕੀਦੀ ਹੈ ਤੁਹਾਡੀ ਆਪ ਨਾਲ ਜ਼ਿਆਦਾ ਲੱਗ ਰਹੀ ਹੈ ਕਿ ਅ ਅਕਾਲੀ ਦਲ ਨਾਲ ਦੇਖੋ ਕਈ ਪਿੰਡਾਂ ਦੇ ਵਿੱਚ ਤਾਂ ਆਪ ਦੇ ਨਾਲ ਟੱਕਰ ਆ ਜੀ ਕਈ ਪਿੰਡਾਂ ਦੇ ਵਿੱਚ ਅਕਾਲੀ ਦਲ ਨਾਲ ਟੱਕਰ ਆ ਇਹ ਦੂਜੇ ਤੀਜੇ ਥਾਂ ਤੇ ਕੌਣ ਆਉਂਦਾ ਹੈ ਇਹ ਤਾਂ ਰਿਜ਼ਲਟ ਵਾਲੇ ਦਿਨ ਪਤਾ ਲੱਗੇਗਾ ਬਟ ਸਾਡਾ ਜਿਹੜਾ ਹਰ ਥਾਂ ਤੇ ਪ੍ਰੈਜ਼ੈਂਸ ਹੈਗੀ ਕਾਂਗਰਸ ਦੀ ਹਰ ਬੂਥ ਤੇ ਪ੍ਰੈਜ਼ੈਂਸ ਹੈਗੀ ਆ ਔਰ ਕਾਂਗਰਸ ਬੜੀ ਮਜਬੂਤ ਸਥਿਤੀ ਦੇ ਵਿੱਚ ਇ ਇੱਕ ਜਿਵੇਂ ਆਮ ਆਦਮੀ ਪਾਰਟੀ ਇਸ ਗੱਲ ਨੂੰ ਲੈ ਕੇ ਬੜਾ ਕਹਿ ਰਹੀ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਬੜੇ ਮਤਭੇਦ ਆਗੇ ਚਰਨਜੀਤ ਸਿੰਘ ਚੰਨੀ ਜਦੋਂ ਤੋਂ ਮੁੱਖ ਮੰਤਰੀ ਬਣੇ ਆ ਤਾਂ ਕੋਈ ਹੋਰ ਧੜਾ ਜਿਹੜਾ ਉਹ ਉਨਾਂ ਖੁਸ਼ ਨਹੀਂ ਹੈਗਾ ਇਹ ਚੀਜ਼ਾਂ ਨੂੰ ਕਵਰ ਹੋਊਗਾ ਕਿਉਂਕਿ ਕੱਲ ਸੀਐਮ ਇੱਥੇ ਵੀ ਆ ਕੇ ਗਏ ਆ ਤੁਹਾਡੇ ਹਲਕੇ ਦੇ। ਦੇਖੋ ਇਹ ਹਾਈਪੋਥੈਟিক্যাল ਗੱਲਾਂ ਹੁੰਦੀਆਂ ਨੇ ਕਿ ਇਹਨਾਂ 'ਚੇ ਫਰਕ ਬੜਾ ਹੈ। ਕੋ ਡਿਫਰੈਂਸ ਆਫ ਓਪੀਨੀਅਨ ਹੁੰਦਾ ਹੈ। ਬਟ ਕਾਂਗਰਸ ਦੀ ਯੂਨੀਫਾਈਡ ਕਮਾਂਡ ਹੈ ਔਰ ਚੰਨੀ ਸਾਹਿਬ ਨੇ ਜਿਹੜੇ ਮੁੱਖ ਮੰਤਰੀ ਬਣ ਤੋਂ ਬਾਅਦ ਕੰਮ ਕੀਤੇ ਨੇ ਉਹਨਾਂ ਦਾ ਬਹੁਤ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਸਾਡੇ ਪੱਟੀ ਹਲਕੇ ਦੇ ਵਿੱਚ। ਜਿਹੜੀ ਉਹਨਾਂ ਨੇ ਖਾਸ ਕਰਕੇ ਬਿਜਲੀ ਦੇ ਬਿੱਲ ਬਕਾਏ ਮਾਫ ਕੀਤੇ ਨੇ 1500 ਕਰੋੜ ਰੁਪਈਆ ਪੰਜਾਬ 'ਚ ਮਾਫ ਕੀਤਾ ਹੈ। ਉਹਦਾ 80 ਕਰੋੜ ਰੁਪਈਆ ਦਾ ਫਾਇਦਾ ਪੱਟੀ ਨੂੰ ਹੋਇਆ ਹੈ ਔਰ ਪਾਣੀ ਵਾਟਰ ਸਪਲਾਈ ਦੇ ਬਿੱਲ ਮਾਫ ਕੀਤੀ ਨੂੰ ਪੱਟੀ ਨੂੰ ਹੋਇਆ ਔਰ ਇਸ ਗੱਲ ਦੇ ਵਾਸਤੇ ਦੂਜੀ ਗੱਲ ਜਿਹੜੀ ਹੁਣ ਉਹਨਾਂ ਨੇ ਸਾਡੀ ਕਾਂਗਰਸ ਹਾਈ ਕਮਾਂਡ ਨੇ ਕਿਹਾ ਵੀ ਚੰਨੀ ਸਾਹਿਬ ਦਾ ਚਿਹਰਾ ਅੱਗੇ ਲੈ ਕੇ ਆਉਣਾ ਹੈ ਉਹਦੇ ਕਰਕੇ ਕਿਉਂਕਿ ਸਾਡੇ ਹਲਕੇ ਵਿੱਚ 28 30% ਵੋਟ ਐਸ ਸੀ ਵੋਟ ਹੈ ਲੋਕਾਂ ਦਾ ਬਹੁਤ ਵੱਡਾ ਚਾਹ ਹੈ ਲੋਕ ਚੰਨੀ ਨੂੰ ਵੇਖਣਾ ਚਾਹੁੰਦੇ ਕੱਲ 8 ਘੰਟੇ ਲੇਟ ਚੰਨੀ ਸਾਹਿਬ ਸਾਡੇ ਇੱਥੇ ਪਹੁੰਚੇ ਪਰ ਲੋਕਾਂ ਦਾ ਲੋਕਾਂ ਦਾ ਉਤਸ਼ਾਹ ਔਰ ਜੋਸ਼ 1% ਵੀ ਮਠਾਣੀ ਪਿਆ ਲੋਕ ਟੀ ਕਮਾਰ ਦੇ ਸ਼ਾਲਾ ਮਾਰਦੇ ਚੰਨੀ ਦੇ ਨਾਂ ਤੇ ਜਦੋਂ ਚੰਨੀ ਸਾਹਿਬ 10 ਮਿੰਟ ਬਾਅਦ ਇੱਥੇ ਆਏ ਆ ਸਵੇਰੇ 12 ਵਜੇ ਦਾ ਟਾਈਮ ਸੀ ਰਾਤੀ 8:30 ਵਜੇ ਪਹੁੰਚੇ ਇੱਥੇ ਸਾਡੇ ਕੋਲ ਪਰ ਲੋਕ ਜਿਹੜੇ ਸੀਗੇ ਇੰਨੇ ਜਿਆਦੇ ਖੁਸ਼ ਨੇ ਚੰਨੀ ਦੇ ਨਾਂ ਤੇ ਔਰ ਚੰਨੀ ਚਮਤਕਾਰ ਜਾਂਦਾ ਸਾਡੇ ਹਲਕੇ ਦੇ ਤੇ ਉਧਰ ਕੀ ਬਣੂਗਾ ਕੋਈ ਰਿਪੋਰਟ ਆਈ ਹੈ ਉਧਰੋਂ ਜਿਹੜੀ ਅੰਮ੍ਰਿਤਸਰ ਵਾਲੀ ਸੀਟ ਹੈ ਨਵਜੋਤ ਸਿੰਘ ਸਿੱਧੂ ਵਰਸਸ ਵਿਕਰਮਜੀਤ ਆਈ ਦੇਖੋ ਨਵਜੋਤ ਸਿੰਘ ਸਿੱਧੂ ਬੜੇ ਵੱਡੇ ਫਰਕ ਨਾਲ ਜਿੱਤ ਰਹੇ ਇਹ ਤਾਂ ਗੱਲ ਫੈਕਟ ਹੈਗੀ ਹੈ ਇਹ ਦੇਖੋ ਇਹ ਹੰਕਾਰ ਹਾਰ ਰਿਹਾ ਇਹ ਹੰਕਾਰ ਹੈ ਕਿ ਅਸੀਂ ਕਿਸੇ ਦੇ ਹਲਕੇ ਵਿੱਚ ਜਾ ਕੇ ਕਿਸੇ ਨੂੰ ਚੈਲੰਜ ਕਰੀਏ ਸਾਡੇ ਪਾਰਟੀ ਦੇ ਪ੍ਰਧਾਨ ਨੇ ਸਾ ਨਵਜੋਤ ਸਿੰਘ ਸਿੱਧੂ ਔਰ ਮੇਰੇ ਖਿਆਲ ਦੇ ਵਿੱਚ ਇੱਕ ਬੜਾ ਸ਼ੈਤਾਨ ਦਿਮਾਗ ਜਿਹੜਾ ਵਿਧਾਨ ਸਭਾ ਦੇ ਸੈਸ਼ਨਾਂ ਦੇ ਵਿੱਚ ਸ਼ੈਤਾਨੀਆਂ ਕਰ ਕਰਕੇ ਉੱਥੇ ਅਪੱਧਰ ਖੜਾ ਕਰਦਾ ਸੀ ਸਾਨੂੰ ਉਹ ਤੰਜਾਤ ਮਿਲ ਜੇਗੀ ਸਾਹੀ ਆਰਾਮ ਨਾਲ ਸੁਰਖਰੂ ਹੋ ਜਾਗੇ ਸਾਡੀ ਵਿਧਾਨ ਸਭਾ ਤਾਂ ਇਹ ਇੱਕ ਹੋਰ ਜਿਹੜਾ ਬੜਾ ਇਹਨਾਂ ਇਲੈਕਸ਼ਨਸ ਦੇ ਵਿੱਚ ਅਸੀਂ ਦੇਖਿਆ ਪੁਆਇੰਟ ਆ ਉਹ ਹੈ ਕਿ ਆਮ ਆਦਮੀ ਪਾਰਟੀ ਆਪਦੇ ਦਿੱਲੀ ਮਾਡਲ ਨੂੰ ਇਸ ਵਾਰੀ ਬਹੁਤ ਫੇਰ ਪ੍ਰਚਾਰੀ ਆ ਕਿ ਪੰਜਾਬ ਦੇ ਲੋਕ ਇੱਕ ਮੌਕਾ ਦੇਣ ਸਾਨੂੰ ਅਸੀਂ ਇਹ ਇੱਥੇ ਅਪਲਾਈ ਕਰਕੇ ਦਿਖਾਵਾਂ ਦੇਖੋ ਦਿੱਲੀ ਮਾਡਲ ਹੈ ਕੀ ਇਹਨਾਂ ਤੇ ਆਪ ਨਹੀਂ ਪਤਾ ਇਹਨਾਂ ਦਿੱਲੀ ਵੇਖੀ ਨੀਗੀ ਜਿਹੜਾ ਅਸੀਂ ਪੰਜਾਬ ਮਾਡਲ ਜਾਂ ਅਸੀਂ ਇੱਥੇ ਜਿਹੜਾ ਹਾਲਾਤ ਬਣਾਏ ਨੇ ਔਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਪੱਟੀ ਦੇ ਵਿੱਚ 113 ਪਿੰਡ ਨੇ ਅਸੀਂ 91 ਪਿੰਡਾਂ ਵਿੱਚ ਸੀਵਰੇਜ ਪਾਤਾ ਹੈ ਉਹਨਾਂ ਦੀ ਸ਼ਮਸ਼ਾਨ ਘਾਟਾਂ ਦਾ ਨਵੀਨੀਕਰਨ ਕਰਨਾ ਕਰਤਾ ਹੈ ਵਾਲਟੂਵਾਲ ਟੈਲਾਂ ਲਾਤੀਆਂ ਸਕੂਲ ਸਾਰੇ ਅਸੀਂ ਅਪਗ੍ਰੇਡ ਕਰਤੇ ਆ ਸਕੂਲ ਸਾਰੇ ਅਸੀਂ ਸਮਾਰਟ ਬਣਾਤੇ ਆ ਸਕੂਲਾਂ ਦੇ ਕਮਰੇ ਪੂਰੇ ਕਰਤੇ ਟੀਚਰ ਪੂਰੇ ਕਰਤੇ ਰੰਗ ਰੋਗਣ ਕਰਕੇ ਵਧੀਆ ਲਿਸ਼ਕਾਤੇ ਕਿਹੜੇ ਮਾਡਲ ਦੀ ਗੱਲ ਕਰਦੇ ਨੇ ਸਾਡੀਆਂ ਟੈਲਾਂ ਦੇਖੋ ਲੋਕੇ ਦੇ ਦਿੱਲੀ ਦੀ ਗੱਲ ਕਰਨਗੇ ਲੋਕ ਪਸੰਦ ਨਹੀਂ ਕਰਦੇ ਮੈਂ ਤਾਂ ਗੱਲ ਕਰ ਗਿਆ ਸੀ ਕਿ ਪੱਟੀ ਹਲਕੇ ਦੇ ਪਿੰਡਾਂ ਦੀ ਗੱਲ ਕਰਨ ਪੱਟੀ ਹਲਕੇ ਦੇ ਸਕੂਲਾਂ ਦੀ ਗੱਲ ਕਰਨ ਪੱਟੀ ਹਲਕੇ ਦੇ ਵਿੱਚ ਅਸੀਂ ਯੂਨੀਵਰਸਿਟੀ ਲੈ ਕੇ ਆਏ ਆ ਲਾਅ ਯੂਨੀਵਰਸਿਟੀ ਲੈ ਕੇ ਆਏ ਆ ਵੱਡੇ ਵੱਡੇ ਸ਼ਹਿਰਾਂ ਵਿੱਚ ਯੂਨੀਵਰਸਟੀਆਂ ਬਣੀਆਂ ਨੇ ਬਟ ਪੱਟੀ ਦੇ ਪਿੰਡੂ ਖੇਤਰ ਵਿੱਚ ਲਾਅ ਯੂਨੀਵਰਸਿਟੀ ਹੋਣੀ ਉਹ ਵੀ 280 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇੱਕ ਸਾਡੇ ਵਾਸਤੇ ਇੱਕ ਬੜੇ ਵੱਡੇ ਫਖਰ ਵਾਲੀ ਗੱਲ ਹੈ ਉਹਦਾ ਕੋਈ ਦੱਸ ਦੱਸਣ ਦਾ ਸੀ ਨਾ ਕਿਹੜਾ ਮਾਡਲ ਹੈ ਜਿਹੜੇ ਮਾਡਲ ਦੀ ਬਦਲਾਅ ਦੀ ਗੱਲ ਕਰਦੇ ਨੇ ਮੈਂ ਡਬਲ ਐਮ ਐ 골ਡ ਮੈਡਲਿਸਟ ਆ ਤੇ ਜਿਹੜਾ ਬਦਲਾਅ ਦੀ ਗੱਲ ਕਰਦਾ ਉਹ 12ਵੀਂ ਫੇਲ ਬੰਦਾ ਹੈ ਉਹ ਮੇਰੇ ਬਦਲਾਅ ਕੀ ਲੈ ਆਊਗਾ ਮੈਂ ਤਾਂ ਇੱਕ ਘਟੂ ਘਟ ਸੱਤ ਵਾਰ ਇਲੈਕਸ਼ਨ ਹਰਿਆ ਅੱਠਵੀਂ ਵਾਰੀ ਜਿੱਤੇ ਆ 12ਵੀਂ ਫੇਲ ਕੌਣ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਉਹ ਬਦਲਾਅ ਦੀ ਗੱਲ ਕਰਦਾ ਕਹਿੰਦਾ ਮੈਂ ਬਦਲਾਅ ਲੈ ਕੇ ਆਉਣਾ ਬਦਲਾਅ ਜਿਹੜਾ ਮਤਲਬ ਕਿ ਜੇ ਤਾਂ ਲੋਕ ਮੇਰਾ ਨਹੀਂ ਖਿਆਲ ਹੈਗੇ ਕਿ ਪੜ੍ਹੇ ਲਿਖੇ ਬੰਦੇ ਨੂੰ ਹਟਾ ਕੇ ਇੱਕ ਅਨਪੜ੍ਹ ਬੰਦੇ ਨੂੰ ਬਦਲਾਅ ਲੈ ਕੇ ਆਉਣਗੇ ਜੇ ਪਤਾ ਹੀ ਕੋਈ ਨਹੀਂ ਵੀ ਕੀ ਕਰਨਾ ਕੀ ਨਹੀਂ ਕਰਨਾ ਇਸ ਕਰਕੇ ਕੋਈ ਪੋਸਿਬਿਲਟੀ ਨਹੀਂ ਕੋਈ ਪੋਸਿਬਿਲਟੀ ਨਹੀਂ ਤੁਹਾਨੂੰ ਲੱਗਦੀ ਪਰ ਓਵਰਆਲ ਪੰਜਾਬ ਦੇ ਵਿੱਚ ਵੀ ਤਾਂ ਲਾਇਆ ਹੋਣਾ ਪਤਾ ਐਤ ਕੀ ਮਤਲਬ ਹਰ ਇੱਕ ਪਾਰਟੀ ਆਪਦੇ ਸਰਵੇ ਚ ਜਿੱਤੇ ਜਿੱਤ ਰਹੀ ਹੈਗੀ ਪਤਾ ਨਹੀਂ ਇਹ ਸਰਵੇ ਕੌਣ ਤੇ ਕਿਵੇਂ ਕਰਦਾਗਾ ਪਰ ਉਦਾ ਕੀ ਲੱਗਦਾ ਕਿ ਕਾਂਗਰਸ ਦਾ ਕੀ ਰਹਿਣ ਵਾਲੀ ਹੈ ਪੋਜੀਸ਼ਨ ਦੇਖੋ 2017 ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੀ ਵੋਟਰ ਸਰਵੇ ਤੋਂ ਕਰਵਾਇਆ ਸੀਗਾ ਤੇ ਉਹਨਾਂ ਨੇ 100 ਸੀਟ ਦਿੱਤੀ ਜੀ ਆਮ ਆਦਮੀ ਪਾਰਟੀ ਨੂੰ 20 ਜਿੱਤੇ ਸੀਗੇ 24 ਚੋਂ 11 ਭਜ ਗਏ ਇਸ ਕਰਕੇ ਹੁਣ ਤਾਂ ਦੇ ਹੀ ਘਟ ਰਹੇ ਨੇ ਇਟ ਮੀਨਸ ਕਿ ਕਾਫੀ ਘਟ ਘਟ ਕੇ ਜਿੱਤਣਗੇ ਕਿਉਂਕਿ ਉਹਨਾਂ ਦਾ ਦੇਖੋ ਕੋਈ ਰੂਮਰ ਇੱਕ ਨਾ ਆਮ ਆਦੀ ਪਾਰਟੀ ਨਾ ਰੋਲੇ ਰੱਬੇ ਤੇ ਮਨਸਰ ਕਰਦੀ ਹੈ ਵੀ ਆਈਟੀ ਸੈਲ ਜਿਹੜੇ ਬਣਾਏ ਨੇ ਸੋਸ਼ਲ ਮੀਡੀਆ ਤੇ ਆ ਵੀ ਰੌਲਾ ਪਾਈ ਜਾਂਦੇ ਨੇ ਪਿੰਡਾਂ ਦੀਆਂ ਰੂੜੀਆਂ ਦੇ ਵਿੱਚ ਝੰਡੀਆਂ ਲਾਈ ਜਾਂਦੇ ਆ ਪਾਥੀਆਂ ਝੰਡੀਆਂ ਲਾਈ ਜਾਂਦੇ ਰਾਤ ਨੂੰ ਲੋਕਾਂ ਦੇ ਸੁੱਤੇ ਪਿਆ ਲੋਕਾਂ ਦੇ ਬਨੇਰਿਆਂ ਤੇ ਝੰਡੀਆਂ ਲਾਈ ਜਾਂਦੇ ਨੇ ਉਹ ਉਹ ਵੋਟਾਂ ਨਹੀਂ ਪੈਂਦੀਆਂ ਵੋਟਾਂ ਵੀ ਤਬਦੀਲ ਨਹੀਂ ਹੁੰਦੀ ਇਹ ਗੱਲ ਇਹੋ ਖਾਸ ਕਰਕੇ ਜਿਹੜੇ ਨੌਜਵਾਨ ਮੁੰਡੇ ਰੌਲਾ ਪਾਉਂਦੇ ਨੇ ਉਹ 18 ਸਾਲ ਤੋਂ ਘੱਟ ਦੇ ਨੇ ਉਹਨਾਂ ਦੀ ਵੋਟਾਂ ਹੀ ਨਹੀਂ ਹੈਗੀਆਂ ਪਿੰਡਾਂ ਦੇ ਜ਼ਿੰਮੇਵਾਰ ਬੰਦੇ ਉਹ ਵੋਟਾਂ ਬਦਲ ਦੇਣੇ ਕੋਈ ਕੋਈ ਲਹਿਰ ਕਿਸੇ ਗੱਲ ਦੀ ਹੈ ਨਹੀਂਗੀ ਕਿਉਂਕਿ ਖਾਸ ਕਰਕੇ ਹੁਣ ਕੇਜਰੀਵਾਲ ਦੀਆਂ ਗਰੰਟੀਆਂ ਦਾ ਲੋਕ ਕਿਵੇਂ ਇਤਬਾਰ ਕਰ ਲੈਣ ਕੇਜਰੀਵਾਲ ਸਾਹਿਬ ਤੇ ਆਪ ਗਰੰਟੀ ਦੇ ਕੇ ਭੱਜ ਗਏ ਪਹਿਲਾਂ ਕਹਿੰਦੇ ਸੀ ਬੜੇ ਬੋਰਡ ਲਵਾਏ ਵੀ ਮਨਜੀਠੀਆ ਤਸਕਰ ਹੈ ਮਨਜੀਠੀਆ ਨਸ਼ੇ ਦਾ ਤਸਕਰ ਹੈ ਤੇ ਸਭ ਤੋਂ ਪਹਿਲਾਂ ਆਮ ਮਾਫੀ ਮੰਗ ਲਈ ਜਦੋਂ ਉਹਨੇ ਮਾਣ ਨੀ ਦਾ ਪਰਚਾ ਦਰਜ ਕੀਤਾ ਲਿਖਤੀ ਮਾਫੀ ਮੰਗੀ ਹੈ ਇਸ ਕਰਕੇ ਉਹਨਾਂ ਦੀਆਂ ਗਰੰਟੀਆਂ ਦਾ ਕੌਣ ਤਵਾਰ ਕਰੇ ਹੁਣ ਗਰੰਟੀ ਦਿੰਦੇ ਆ ਕਿ ਜੇ ਆਮ ਆਦਮੀ ਪਾਰਟੀ ਜਿੱਤ ਗਈ 1000 ਰੁਪਏ ਇੱਕ ਲੇਡੀ ਹੁੰਦਿਆਂਗੇ ਤੇ ਲੋਕਾਂ ਨੂੰ ਪਤਾ ਵੀ ਦਿੱਲੀ ਦੇ ਵਿੱਚ 7 ਸਾਲ ਸਰਕਾਰ ਬਣੀ ਨੋ ਗਈ ਆ ਦਿੱਲੀ ਵਿੱਚ ਤਾਂ ਕਦੇ ਉਹਨਾਂ ਨੇ 1 ਰੁਪਈਆ ਨਹੀਂ ਦਿੱਤਾ ਤੇ ਹੁਣ ਸਾਡੇ ਪੱਟੀ ਚ ਕੀ ਆਪਣੇ ਪੰਜਾਬ ਵਿੱਚ ਕੀ ਦੇਣਗੇ ਇਸ ਕਰਕੇ ਉਹਨਾਂ ਗੱਲਾਂ ਦਾ ਕੋਈ ਇਤਬਾਰ ਨਹੀਂ ਨਾਲੇ ਕੋਈ ਕੀ ਇਹਨਾਂ ਦੀ ਗਰੰਟੀ ਦੀ ਕਨਸਟੀਟਿਊਸ਼ਨਲਿਟੀ ਕੀ ਹੈ ਵੀ ਇਹ ਕੀ ਹੈ ਦੀ ਜ਼ਿੰਮੇਵਾਰੀ ਬੰਦ ਵੀ ਜਿਹੜੀ ਗਰੰਟੀ ਦਿੰਦੇ ਨੇ ਉਹਨਾਂ ਗਰੰਟੀਆਂ ਦਾ ਕੀ ਮਤਲਬ ਆਂਦਾ ਹੈ ਕੋਈ ਐਸੀ ਗੱਲ ਨਹੀਂ ਕੀ ਲੋਕ ਜਿਹੜੇ ਬੜੇ ਤੇਜ ਨੇ ਲੋਕ ਸਿਆਣੇ ਨੇ ਲੋਕ ਸਮਝਦੇ ਆ ਵੀ ਗੱਲ ਕੀ ਬੀਜਪੀ ਐਨੇ ਕੌਨਫੀਡੈਂਸ ਚ ਕਿਉਂ ਆ ਬਾਈ ਜੀ ਉਹਨਾਂ ਨੂੰ ਕੀ ਇਹੋ ਜੀ ਗੱਲ ਆ ਕਿ ਲੱਗਦਾ ਯਾਰ ਪੰਜਾਬ ਚ ਤਾਂ ਅਸੀਂ ਬਣਾ ਲਾਂਗੇ ਇਹੋ ਜਾਂ ਕੀ ਆ ਇੰਨੀਆਂ ਸੀਟਾਂ ਮਤਲਬ ਮਤਲਬ ਕਿਵੇਂ ਆ ਸਕਦੀ ਕੀ ਕੀ ਬਣਾ ਲਾਂਗੇ ਜੀ ਸਰਕਾਰ ਦੇਖੋ ਗੱਲ ਅਸਲ ਚ ਇਹ ਆ ਕਿ ਬੀਜੇਪੀ ਦਾ ਜਿਹੜਾ ਮਕਸਦ ਹੈ ਨਾ ਉਹ ਅਸੈਂਬਲੀ ਨਹੀਂ ਉਹਨਾਂ ਦੀ ਪਾਰਲੀਮੈਂਟ ਆ ਉਹ ਆਮ ਆਦਮੀ ਪਾਰਟੀ ਨਾਲ ਉਹਨਾਂ ਦੀ ਸੈਟਿੰਗ ਪਹਿਲਾਂ ਦਿੱਲੀ 'ਚ ਵੀ ਹੋਈ ਸੀ ਵੀ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਸੀ ਆਮ ਆਦਮੀ ਲੈ ਕੇ ਗਏ ਸੀ ਜਦੋਂ ਪਾਰਦੀ ਮੈਡਲ ਇਲੈਕਸ਼ਨ ਸੀ ਉਦੋਂ ਬੀਜੇਪੀ ਲੈ ਕੇ ਗਈ ਸੀ ਉਹਨਾਂ ਲਈ ਅੰਦਰ ਖਾਤੇ ਇੱਕ ਅਡਜਸਟਮੈਂਟ ਹੈਗੀ ਅੰਡਰਸਟੈਂਡਿੰਗ ਹੈ ਵੀ ਆਪਾਂ ਕਿਸੇ ਤਰੀਕੇ ਨਾਲ ਐਸੀ ਹੀ ਅਡਰਸਟੈਂਡਿੰਗ ਕਰਾਈਏ ਵੀ ਸਾਨੂੰ ਗਾ ਸਾਡੀ ਮਦਦ ਮਿਲੇ ਇਸ ਕਰਕੇ ਉਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਬੰਦਾ ਬੀਜੇਪੀ ਤਾਂ ਮੇਰਾ ਨਹੀਂ ਖਿਆਲ ਹੈਗਾ ਕੋਈ 2-4 ਸੀਟਾਂ ਲੈ ਜੇ ਨਹੀਂ ਮਤਲਬ ਤੁਸੀਂ ਕਹਿ ਰਹੇ ਹੋ ਵੀ ਆਮ ਬੀਜੇਪੀ ਨੂੰ ਇਸ ਗੱਲ ਦਾ ਫਾਇਦਾ ਜਾਂ ਉਹ ਸਪੋਰਟ ਕਰਨਗੇ ਆਪ ਨੂੰ ਨਹੀਂ ਵੇਖੋ ਦਿੱਲੀ ਵੀ ਤੇ ਹੋ ਗ ਦਿੱਲੀ ਥੋੜੇ ਚਿਰ ਪਹਿਲਾਂ ਅਸੈਂਬਲੀ ਹੁੰਦੀ ਆ ਤੇ ਮਤਲਬ ਕਿ ਪੂਰੀ ਮੈਜੋਰਟੀ ਲੈ ਕੇ ਜਾਂਦੀ ਆ ਆਮ ਆਦਮੀ ਫਿਰ ਪਾਰਲੀਮੈਂਟ ਹੁੰਦੀ ਸੱਤ ਦੀ ਸੱਤ ਸੀਟ ਹੈ ਜਿਹੜੀ ਬੀਜੇਪੀ ਜਿੱਤ ਜਾਂਦੀ ਆ ਫਿਰ ਉਸ ਤੋਂ ਬਾਅਦ ਅਸੈਂਬਲੀ ਹੁੰਦੀ ਆ ਅਸੈਂਬਲੀ ਦੇ ਵਿੱਚ ਆਮ ਆਦਮੀ ਲੈ ਜਾਂਦੀ ਇਟ ਮੀਨਸ ਕਿ ਇਹਨੂੰ ਕੀ ਸਮਝੀਏ ਜੀ ਫਿਰ ਉਹ ਪੰਜ ਪੰਜ ਸੱਤ ਸੱਤ ਤਲਾਕ ਦੇ ਫਰਕ ਨਾਲ ਜਿੱਦੀ ਬੀਜੇਪੀ ਇਸ ਕਰਕੇ ਕੁਝ ਨਾ ਕੋਈ ਤਾਂ ਹੈ ਜਿੱਤਾ ਹੈਗਾ ਤੇ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਇਹ ਸਨ ਹਰਮਿੰਦਰ ਸਿੰਘ ਗਿੱਲ ਜੋ ਕਿ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਤੇ ਪੱਟੀ ਹਲਕੇ ਤੋਂ ਚੋਣ ਲੜ ਰਹੇ ਆ ਤੁਸੀਂ ਜੁੜੇ ਰਹੋ ਅਖਰ ਦੇ ਨਾਲ ਤੁਹਾਡਾ